ਪੰਜਾਬ ਵਿਚ ਪੂਰੇ ਸਾਲ ਕੋਈ ਨਾ ਕੋਈ ਵੋਟਿੰਗ ਹੁੰਦੀ ਹੀ ਰਹਿੰਦੀ ਹੈ ਤੇ ਇਸ ਵਾਰ ਜਲੰਧਰ ਜ਼ਿਮਨੀ ਚੋਣ ਵਿਚ ਬਹੁਤ ਵੱਡਾ ਮੁਕਾਬਲਾ ਰਿਹਾ ਸਾਰੀਆਂ ਪਾਰਟੀਆਂ ਦਾ, ਜਿਸ ਵਿਚ ਆਪ ਪਾਰਟੀ ਵੱਲੋਂ ਜਿੱਤ ਹਾਸਿਲ ਕੀਤੀ ਗਈ। ਪਾਰਟੀ ਦੇ ਮੋਹਿੰਦਰ ਭਗਤ ਵੱਲੋਂ ਜਲੰਧਰ ਜ਼ਿਮਨੀ ਚੋਣ ਮੁਕਾਬਲੇ ਜਿੱਤ ਕੇ ਆਪ ਦੀ ਝੋਲੀ ਵਿਚ ਇੱਕ ਹੋਰ ਸੀਟ ਪਾ ਦਿੱਤੀ। ਇਸ ਦੀ ਖੁਸ਼ੀ ਵਿਚ ਬਰਨਾਲਾ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਜਸ਼ਨ ਮਨਾਇਆ। ਆਮ ਆਦਮੀ ਪਾਰਟੀ ਜਿੰਦਾਬਾਦ।